ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਦੇ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੇਂ ਦੇ ਨੁਜਾਗਤ ਨੂੰ ਪਛਾਣਦੇ ਹਾਂ। ਦਾਸ ਨੇ ਤਾਂ ਮਾਫ਼ੀ ਮੰਗੀ ਸੀ ਵੀ ਛਾ ਸਾਡੀ ਹਾਜ਼ਰੀ ਲਵਾ ਦਿਓ, ਲੇਕਿਨ 2 ਮਿੰਟ ਦਾ ਸਮਾਂ ਮੈਂ ਉਹ ਤੋਂ ਪਹਿਲਾਂ ਹੀ ਸਮਾਪਤੀ ਕਰ ਦੇਣੀ ਹੈ। ਮੇਰੇ ਕਹਿਣ ਤੋਂ ਭਾਵ ਵੀ ਅਗਰ ਅੱਜ ਆਪਾਂ ਇਸ ਧਾਰਮਿਕ ਫੌਜੀਆਂ ਦੇ ਉਹਨਾਂ ਨੂੰ ਸਮਰਪਿਤ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਜਿੱਥੇ ਇਕੱਤਰ ਹੋਏ ਹਾਂ, ਅਤੇ ਉਸ ਦਾ ਫਾਇਦਾ ਤਾਂ ਫਿਰ ਇਹੀ ਹੈ ਕਿ ਪੰਡਾਲ ਤੋਂ ਬਾਅਦ ਜਾ ਕੇ ਵੀ ਆਪਾਂ ਉਹਨਾਂ ਨੂੰ ਯਾਦ ਰੱਖੀਏ। ਮੈਂ ਇੱਕੋ ਹੀ ਗੱਲ ਕਰਕੇ ਸਮਾਪਤੀ ਕਰ ਦੇਣੀ ਹੈ ਕਿ ਮੇਰੇ ਤੋਂ ਪਹਿਲਾਂ ਧਾਰਮਿਕ ਫੌਜੀ ਸਾਹਿਬ ਰਾਮਗੜ੍ਹ ਰਾਂਚੀ ਦੀ ਗੱਲ ਕਰਕੇ ਗਏ ਨੇ। ਮੇਰੇ ਤੋਂ ਮੇਰਾ ਛੋਟਾ ਵੀਰ ਉਸ ਸਮੇਂ ਉਸ ਬ੍ਰਿਗੇਡ ਦੇ ਵਿੱਚੋਂ ਵੀ ਉੱਥੋਂ ਜਿਹੜਾ ਹਥਿਆਰ ਲੈ ਕੇ ਇਹਨਾਂ ਦੇ ਨਾਲ ਚੱਲਿਆ ਸੀ, ਇੱਕ ਮੇਰਾ ਕਲਾਸਮੇਟ ਸੀ ਅਤੇ ਇੱਕ ਹੋਰ 3 ਨੌਜਵਾਨ ਜਿਹੜੇ ਉਸ ਵੇਲੇ ਇਹਨਾਂ ਦੇ ਨਾਲ ਸੀ। ਉਸ ਤੋਂ ਬਾਅਦ ਉਹਨਾਂ ਨੂੰ ਬਰੇਲੀ ਜਿਹੜੀ 18 ਮਹੀਨੇ ਦੀ ਜੇਲ੍ਹ ਵੀ ਹੋਈ, ਅਤੇ ਜਿਸ ਵੇਲੇ ਅਸੀਂ ਉਹਨਾਂ ਦੇ ਨਾਲ ਮੁਲਾਕਾਤ ਕਰਨ ਜਾਂਦੇ ਸੀ ਅਤੇ ਸਾਨੂੰ ਉਹ ਮੁਲਾਕਾਤ ਵੀ ਨਹੀਂ ਸੀ ਕਰਨ ਦਿੱਤੀ ਜਾਂਦੀ, ਅਤੇ ਇੱਕ ਪਹਿਰੇਦਾਰ ਜਿਹੜਾ ਉਹਨਾਂ ਦੇ ਕੋਲ ਖੜਾ ਹੋਇਆ ਕਰਦਾ ਸੀ ਉਸ ਸਮੇਂ ਵੀ ਇਹ ਕੀ ਗੱਲ ਕਰਦੇ ਨੇ। ਇਹ ਵੀ ਸਾਰੇ ਜਾਣਦੇ ਹੋਣਗੇ, ਧਿਆਨ ਸਿੰਘ ਜੀ ਚੱਬੇਵਾਲ ਤੋਂ ਧਾਰਮਿਕ ਫੌਜੀ ਵੀ ਆਏ ਨੇ। ਲੇਕਿਨ ਮੇਰੇ ਤੋਂ ਕਹਿਣ ਤੋਂ ਭਾਵ ਕਿ ਦਾਸ ਨੇ ਉਸ ਵੇਲੇ ਵੀ ਉਹਨਾਂ ਤੋਂ ਕਦੇ ਗੱਲ ਕਰਨ ਤੋਂ ਝਿਜਕਿਆ ਨਹੀਂ, ਡਰਿਆ ਨਹੀਂ। ਕਿ ਮੈਂ ਆਪਣੇ ਛੋਟੇ ਵੇ ਨੂੰ ਇਹ ਗੱਲ ਕਿਹਾ ਕਹਿੰਦਾ ਸੀ ਕਿ ਮੈਂ ਵੀ ਇਹ ਜਿਹੜਾ ਪਿਛਲਾ 10 ਸਾਲਾਂ ਦਾ ਦੁਖਾਂਤ ਹੈ ਅਸੀਂ ਆਪਣੇ ਪਿੰਡੇ 'ਤੇ ਲਗਾਇਆ। ਮੈਂ ਉਸ ਵੇਲੇ ਨਾਭੇ ਜੇਲ੍ਹ ਦੇ ਵਿੱਚ ਸੀ ਜਿਸ ਵੇਲੇ ਮੇਰੀ ਮਾਤਾ ਸਵਰਗਵਾਸ ਹੋਈ, ਸਾਨੂੰ ਉੱਥੇ ਵੀ ਜਾਣ ਦਾ ਮੌਕਾ ਨਹੀਂ ਦਿੱਤਾ ਗਿਆ। ਲੇਕਿਨ ਮੇਰੇ ਕਹਿਣ ਤੋਂ ਭਾਵ ਇਹ ਜਿਹੜੀਆਂ ਸਮੇਂ ਦੀਆਂ ਸਰਕਾਰਾਂ, ਚਾਹੇ ਉਹਨਾਂ ਨੂੰ ਅਸੀਂ ਪੰਥਕ ਦਾ ਦਰਜਾ ਦਿੱਤਾ, ਚਾਹੇ ਆਪਣੇ ਅਕਾਲੀਆਂ ਦਾ ਦਰਜਾ ਦਿੱਤਾ, ਚਾਹੇ ਕਿਸੇ ਦਾ ਵੀ ਦਿੱਤਾ, ਲੇਕਿਨ ਆਪਣੀਆਂ ਨੌਜਵਾਨਾਂ ਦੀਆਂ ਲਾਸ਼ਾਂ ਦੇ ਉੱਤੇ ਇਹਨਾਂ ਦੇ ਜਿਹੜੇ ਜਜ਼ਬਾਤਾਂ ਦੇ ਨਾਲ ਖਿਲਵਾੜ ਕਰਕੇ ਇਹਨਾਂ ਨੇ ਫਾਇਦਾ ਲਿਆ। ਸੋ ਮੇਰੇ ਕਹਿਣ ਤੋਂ ਭਾਵ ਆਹ ਧਾਰਮਿਕ ਫੌਜੀਆਂ ਨੇ ਜਿੱਥੇ ਅੱਜ ਦੇ ਸਮਾਗਮ ਰਚਿਆ, ਇਹਨਾਂ ਦੇ ਨਾਲ ਆਪਾਂ ਚੱਲ ਕੇ ਮੋਢੇ ਨਾਲ ਮੋਢਾ ਲਾ ਕੇ ਅਗਰ ਆਪਾਂ ਅੱਜ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਨੂੰ ਆਜ਼ਾਦ ਕਰਾ ਲਈਏ, ਤਾਂ ਮੈਂ ਸਮਝਦਾ ਫਿਰ ਆਪਣਾ ਇਹ ਜਿਹੜਾ ਕਾਰੋਬਾਰ ਆ, ਇਹ ਜਿਹੜੇ ਕਾਜ ਆ, ਇਹ ਵੀ ਸਫਲ ਆ। ਲਾਸਟ ਦੇ ਵਿੱਚ ਮੈਂ ਆਪਣੇ ਵੱਲੋਂ ਆਪਦੀ ਜਥੇਬੰਦੀ ਵੱਲੋਂ ਧਾਰਮਿਕ ਫੌਜੀਆਂ ਨੂੰ ਜਿੱਥੇ ਸ਼ਰਧਾ ਦੇ ਫੁੱਲ ਭੇਟ ਕਰਦਾ ਉੱਥੇ ਆਪਣਾ ਸੀਸ ਵੀ ਨਿਵਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।